11th ਕਲਾਸ ਸਟੂਡੈਂਟਸ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਪੈਸਟ ਟੈਸਟ ਦੇ ਆਨਸਰਸ ਤੁਹਾਨੂੰ ਦੱਸ ਰਹੀਆਂ ਤਾਂ ਕਿ ਤੁਸੀਂ ਜਾਣ ਸਕੋ ਕਿ ਤੁਸੀਂ ਕਿੰਨੇ ਕੁਐਸਚਨਸ ਦੇ ਅੰਤਰ ਆ ਜਿਹੜੇ ਕਿ ਰਾਈਟ ਕਿਤੇ ਸੀ ਫਸਟ ਸਿਹਤ ਸਿੱਖਿਆ ਦਾ ਉਦੇਸ਼ ਹੈ ਕਿ ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ ਅਤੇ ਸਰੀਰਕ ਵਿਕਾਸ ਵਿੱਚ ਵਾਧਾ ਕਰਨਾ ਤੇ ਇਸ ਦੇ ਸਰਾ ਸੀ ਕਿ ਇਹ ਰਾਈਟ ਹੈ ਜਾਂ ਰੋਂਗ ਹੈ ਤੇਦਾ ਆਨਸਰ ਆ ਰਾਈਟ ਇਹ ਸਹੀ ਹੈ ਸੈਕੰਡ ਕੁਐਸਚਨ ਖਾਣ ਤੋਂ ਪਹਿਲਾਂ ਹੱਥ ਧੋਣਾ ਰੋਜ਼ਾਨਾ ਇਸ਼ਨਾਨ ਕਰਨਾ ਸਾਫ ਸੁਥਰੇ ਕੱਪੜੇ ਪਹਿਨਣਾ ਆਦ ਗੱਲਾਂ ਨਿੱਜੀ ਸਿਹਤ ਨਾਲ ਸੰਬੰਧਿਤ ਹਨ ਤੇ ਇਹਦਾ ਅਨਸਰ ਸਹੀ ਹੈ ਰਾਈਟ ਹੈ 3rd ਕੁਐਸਚਨ ਸੈੱਲ ਇਕੱਠੇ ਹੋ ਕੇ ਅੰਗ ਬਣਾਉਂਦੇ ਹਨ ਤੇ ਇਹਦਾ ਅਨਸਰ ਗਲਤ ਹੈ ਰੋਂਗ ਹੈ ਕਿਉਂਕਿ ਸੈੱਲ ਇਕੱਠੇ ਹੋ ਕੇ ਅੰਗ ਨਹੀਂ ਬਣਾਉਂਦੇ ਨੈਕਸਟ ਕੁਐਸਚਨ ਨੰਬਰ 4 ਰੀਡ ਦੀ ਹੱਡੀ ਵਿੱਚ 34 ਮਣਕੇ ਹੁੰਦੇ ਹਨ ਤੇ ਇਹਦਾ ਅਨਸਰ ਸੁਣਨ ਸੀ ਕਿ ਹੈ ਰਾਈਟ ਹੈ ਜਾਂ ਰੋਂਗ ਹੈ ਤੇ ਇਹ ਰਾង ਗਲਤ ਹੈ। ਇੰਗਰੇਡ ਦੀ ਹੱਡੀ ਦੇ ਵਿੱਚ 33 ਮਣਕੇ ਹੁੰਦੇ ਹਨ। ਤਾਂ ਇਹਦਾ ਆਨਸਰ ਗਲਤ ਹੈ। ਨੈਕਸਟ ਕੁਐਸਚਨ ਨੰਬਰ 5 ਸਾਹ ਕਿਰਾਂ ਨੂੰ ਕਾਬੂ ਕਰਕੇ ਉਸ ਵਿੱਚ ਇਕਸਾਰਤਾ ਲਿਆਉਣਾ pranayama ਉਖਵਾਉਂਦਾ ਹੈ। ਤੇ ਦੱਸਣਾ ਕਿ ਇਹ ਵੀ ਸਹੀ ਹੈ ਜਾਂ ਗਲਤ ਤਹ ਇਹ ਆ ਸਹੀ ਰਾਈਟ ਹੈ। ਸਾਹ ਕਿਰਾਂ ਨੂੰ ਕਾਬੂ ਕਰਕੇ ਉਸ ਵਿੱਚ ਇਕਸਾਰਤਾ ਲਿਆਉਣਾ pranayama ਉਖਵਾਉਂਦਾ ਹੈ। ਸਹੀ ਹੈ। ਨੈਕਸਟ ਤੰਦਰੁਸਤ ਮਾਨਿਕ ਤੰਦਰੁਸਤ ਸਰੀਰ ਵਿੱਚ ਹੀ ਰਹਿ ਸਕਦਾ ਹੈ ਡੈਸ਼ ਦਾ ਕਥਨ ਹੈ ਤੇ ਇਹ ਕਥਨ ਆਕਸਫੋਰਡ ਡਿਕਸ਼ਨਰੀ ਨੈਕਸਟ ਕੁਐਸਚਨ ਨੰਬਰ 7 ਵਾਤਾਵਰਨ ਨੂੰ ਚੰਗਾ ਬਣਾਉਣ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਡੈਸ਼ ਕਰਨੀ ਚਾਹੀਦੀ ਹੈ ਤੇ ਇਹਦਾ ਅਨਸਰ ਸਾਫ ਸਫਾਈ ਵਾਤਾਵਰਨ ਨੂੰ ਚੰਗਾ ਬਣਾਉਣ ਲਈ ਸਾਨੂੰ ਆਲੇ-ਦੁਆਲੇ ਦੀ ਸਫਾਈ ਕਰਨੀ ਚਾਹੀਦੀ ਹੈ ਨੈਕਸਟ ਕੁਐਸਚਨ ਨੰਬਰ 8 ਡੈਸ਼ ਜੀਵਨ ਦੀ ਮੁਢਲੀ ਕਾਈ ਹੈ ਇਹਦਾ ਅਨਸਰ ਕੋਸ਼ਿਕਾ ਡੈਸ਼ ਜੀਵਨ ਦੀ ਮੂਲ ਇਕਾਈ ਹੈ ਅਨਸਰ ਕੋਸ਼ਿਕਾ ਨੈਕਸਟ ਕੁਐਸਚਨ ਨੰਬਰ 9 ਮਨੁੱਖੀ ਸਰੀਰ ਇੱਕ ਡੈਸ਼ ਮਸ਼ੀਨ ਹੈ ਤੇ ਇਹਦਾ ਕਰੈਕਟ ਅਨਸਰ ਗੁੰਜਲਦਾਰ ਮਨੁੱਖੀ ਸਰੀਰ ਇੱਕ ਗੁੰਜਲਦਾਰ ਮਸ਼ੀਨ ਹੈ ਨੈਕਸਟ ਕੁਐਸਚਨ ਨੰਬਰ 10 ਸੂਰਜ ਨਮਸਕਾਰ ਵਿੱਚ ਡੈਸ਼ ਕਰਮ ਹਨ ਤੇ ਇਹਦਾ ਕਰੈਕਟ ਅਨਸਰ ਹੈ 12 11, 12 ਸੂਰਜ ਨਮਸਕਾਰ ਵਿੱਚ 12 ਕ੍ਰਿਆਮ ਹਨ ਨੈਕਸਟ ਕੁਐਸਚਨ ਨੰਬਰ 11 ਸਿਹਤ ਕੇਵਲ ਬਿਮਾਰੀਆਂ ਜਾਂ ਸਰੀਰਕ ਯੋਗਤਾਵਾਂ ਦੀ ਗੈਰ ਹਾਜ਼ਰੀ ਨਹੀਂ ਸਗੋਂ ਪੂਰਨ ਰੂਪ ਵਿੱਚ ਸਰੀਰਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਹਾਲਤ ਹੈ ਕਿਸ ਦੀ ਪਰਿਭਾਸ਼ਾ ਹੈ ਤੇ ਇਹਦਾ ਕਰੈਕਟ ਆਨਸਰ ਆ ਵਿਸ਼ਵ ਸਿਹਤ ਸੰਗਠਨ ਨੈਕਸਟ ਕੁਐਸਚਨ ਨੰਬਰ 12 ਸਿਹਤ ਸੰਬੰਧੀ ਕੋਈ ਉਪਾਦ ਦੱਸੋ ਤਿਹੜਾ ਕਰੈਕਟ ਆਨਸਰ ਸ਼ੁੱਧ ਹਵਾ ਪਾਣੀ ਅਤੇ ਰੋਸ਼ਨੀ 12 ਦਾ ਕਰੈਕਟ ਆਨਸਰ ਸ਼ੁੱਧ ਹਵਾ ਪਾਣੀ ਅਤੇ ਰੋਸ਼ਨੀ ਨੈਕਸਟ ਕੁਐਸਚਨ ਨੰਬਰ 13 ਸਰੀਰਕ ਸਿੱਖਿਆ ਦੁਆਰਾ ਵਿਦਿਆਰਥੀਆਂ ਦਾ ਕਿਹੜਾ ਵਿਕਾਸ ਹੁੰਦਾ ਹੈ ਤੇਰਾ ਕਰੈਕਟ ਆਨਸਰ ਹੈ ਉਪਰੋਕਤ ਸਾਰੇ ਸਰੀਰਕ ਸਿੱਖਿਆ ਦੁਆਰਾ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਸਰੀਰਕ ਵਿਕਾਸ ਮਾਨਸਿਕ ਵਿਕਾਸ ਤੇਰਾ ਕਰੈਕਟ ਆਨਸਰ ਆ ਗਿਆ ਉਪਰੋਕਤ ਸਾਰੇ ਨੈਕਸਟ ਕੁਐਸਚਨ ਨੰਬਰ 14 ਲੀਵਰ ਸਾਡੇ ਸਰੀਰ ਦੀ ਕਿਹੜੀ ਪ੍ਰਣਾਲੀ ਦਾ ਹਿੱਸਾ ਹੈ ਤੇ ਇਹਦਾ ਰਾਈਟ ਆਨਸਰ ਆ ਭੋਜਨ ਪ੍ਰਣਾਲੀ ਦਾ ਲੀਵਰ ਸਾਡੀ ਭੋਜਨ ਪ੍ਰਣਾਲੀ ਦਾ ਹਿੱਸਾ ਹੈ ਨੈਕਸਟ ਕੁਐਸਚਨ ਨੰਬਰ 15 ਬਣਤਰ ਅਤੇ ਬਣਾਵਟ ਦੇ ਆਧਾਰ ਤੇ ਹੱਡੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਇਹਦਾ ਕਰੈਕਟ ਆਨਸਰ ਆ ਪੰਜ 5 ਬਣਤਰ ਅਤੇ ਬਣਾਵਟ ਦੇ ਆਧਾਰ ਤੇ ਹੱਡੀਆਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ ਨੈਕਸਟ ਕੁਐਸਚਨ ਨੰਬਰ 16 ਅਚਲ ਜੋੜ ਸਾਡੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਪਾਇਆ ਜਾਂਦਾ ਹੈ ਤੇ ਇਹਦਾ ਕਰੈਕਟ ਆਨਸਰ ਆ ਖੋਪੜੀ ਅਚਲ ਜੋੜ ਸਾਡੇ ਸਰੀਰ ਦੇ ਖੋਪੜੀ ਹਿੱਸੇ ਦੇ ਵਿੱਚ ਪਾਇਆ ਜਾਂਦਾ ਹੈ ਨੈਕਸਟ ਕੁਐਸਚਨ ਨੰਬਰ 17 ਸਾਡੇ ਸਰੀਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਤੰਤੂ ਪਾਏ ਜਾਂਦੇ ਹਨ ਤਾਂ ਇਹਦਾ ਕਰੈਕਟ ਆਨਸਰ ਆ 4 ਚਾਰ ਸਾਡੇ ਸਰੀਰ ਦੇ ਵਿੱਚ ਚਾਰ ਤਰ੍ਹਾਂ ਦੇ ਤੰਤੂ ਪਾਏ ਜਾਂਦੇ ਹਨ ਨੈਕਸਟ ਕੁਐਸਚਨ ਨੰਬਰ 18 ਅੰਤਰਰਾਸ਼ਟਰੀ ਜੋਗ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੈਡਾ ਕਰੈਕਟ ਆਨਸਰ 21 ਜੂਨ ਕੁਐਸਚਨ ਨੰਬਰ 18 ਦਾ ਕਰੈਕਟ ਆਨਸਰ 21 ਜੂਨ ਨੈਕਸਟ ਕੁਐਸਚਨ ਨੰਬਰ 19 ਯੋਗ ਦਾ ਕੀ ਅਰਥ ਹੈ ਤਾਂ ਯੋਗ ਦਾ ਅਰਥ ਹੈ ਇਹਦਾ ਰਾਈਟ ਆਨਸਰ ਹੈ ਸਰੀਰ ਦਿਮਾਗ ਅਤੇ ਆਤਮਾ ਨੂੰ ਇੱਕ ਹੋਰ ਕਰਨਾ ਨੈਕਸਟ ਕੁਐਸਚਨ ਨੰਬਰ 20 ਠੰਡ ਨੂੰ ਦੂਰ ਕਰਨ ਲਈ ਕਿਹੜਾ ਪ੍ਰਾਣਯਾਮ ਫਾਇਦੇਮੰਦ ਹੈ ਤੇ ਇਹਦਾ ਕਰੈਕਟ ਆਨਸਰ ਹੈ ਸ਼ੀਤਲੀ ਪ੍ਰਾਣਯਾਮ ਠੰਡ ਨੂੰ ਦੂਰ ਕਰਨ ਦੇ ਲਈ ਸ਼ੀਤਲੀ ਪ੍ਰਾਣਯਾਮ ਫਾਇਦੇਮੰਦ ਹੈ। ਥੈਂਕਸ ਸਟੂਡੈਂਟਸ